ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ। ਦੀਪਾ ਬਾਹਰੋਂ ਬੁੜਬੁੜ ਕਰਦਾ ਘਰ ਆਇਆ ਤੇ ਰਸੋਈ 'ਚ ਭਾਂਡੇ ਖੜਕਾਉਣ ਲੱਗਿਆ। ਪਾਣੀ ਪੀਣਾ ਤਾਂ ਬਾਹਰ ਘੜੇ 'ਚੋਂ ਪੀ ਲਾ, ਤੇਰਾ ਭਾਂਡਿਆਂ ਨਾਲ ਕੀ ਵੈਰ ਆ? ਮਾਂ ਨੇ ਭਾਂਡਿਆਂ ਦਾ ਖੜਕਾ ਸੁਣ ਦੀਪੇ ਨੂੰ ਕਿਹਾ, ਘੜੇ 'ਚੋਂ ਹੀ ਡੱਫਣਾ ਪੈਣਾ ਏ, ਹੋਰ ਤੁਹਾਡੀ ਫਰਿੱਜ 'ਚੋਂ ਕਿਹੜਾ ਕੋਕ ਲੱਭ ਜਾਣਾ? ਦੀਪੇ ਨੇ ਖਿਜੀ ਆਵਾਜ਼ 'ਚ ਮਾਂ ਨੂੰ ਸੁਣਾਇਆ। ਮਾਂ ਨੂੰ ਪਤਾ ਸੀ ਕਿ ਅੱਜ ਫੇਰ ਬਾਹਰੋਂ ਕਿਸੇ ਨੇ ਇਸ ਨੂੰ ਚੁੱਕ ਦਿੱਤਾ ਏ, ਐਸੇ ਲਈ ਇੰਨਾ ਖਿਜਿਆ ਫਿਰਦਾ ਏ। ਤੈਨੂੰ ਕਿੰਨੇ ਵਾਰ ਕਿਹਾ ਏ ਕਿ ਨੰਬਰਦਾਰਾਂ ਕੇ ਘਰ ਨਾ ਜਾਇਆ ਕਰ, ਗੱਲਾਂ ਨਾਲ ਹੀ ਲੋਕਾਂ ਦੇ ਘਰ ਪੱਟ ਦਿੰਦੇ ਨੇ ਉਹ, ਨਾਲੇ ਉਹ ਮੁਰੱਬਿਆਂ ਦੇ ਮਾਲਕ, ਆਪਾਂ ਪੁੱਤ ਉਹਨਾਂ ਦੀ ਰੀਸ ਕਿੱਥੋਂ ਕਰ ਲਾਂਗੇ, ਆਪਣਾ ਤਾਂ 2 ਕਿੱਲਿਆਂ 'ਚੋਂ ਮਸਾਂ ਗੁਜ਼ਾਰਾ ਹੀ ਹੁੰਦਾ ਏ। ਰਾਜ ਕੌਰ ਨੇ ਹਮੇਸ਼ਾ ਦੀ ਤਰ੍ਹਾਂ ਦੀਪੇ ਨੂੰ ਨਸੀਹਤ ਦਿੱਤੀ, ਮੈਂ ਕੋਈ ਛੋਟਾ ਨਿਆਣਾ ਨਹੀਂ ਆ, ਮੈਨੂੰ ਸਭ ਪਤਾ ਏ ਕੌਣ ਕੀ ਕਹਿੰਦਾ ਏ, ਨਾਲੇ ਮੈਨੂੰ ਕਿਸੇ ਨੇ ਨੀ ਚੁੱਕਿਆ, ਤੂੰ ਤਾਂ ਬਸ ਬਾਪੂ ਵੱਲ ਦੀ ਗੱਲ ਕਰਿਆ ਕਰ, ਪੁੱਤ ਨਾਲ ਭੋਰਾ ਮੋਹ ਨੀ ਤੈਨੂੰ। ਇੰਨਾ ਕਹਿੰਦਿਆਂ ਬੁੜਬੁੜ ਕਰਦਾ ਬਾਹਰ ਨੂੰ ਤੁਰ ਪਿਆ, ਫਿਰ ਤੁਰ ਪਿਆ ਬਾਹਰ ਨੂੰ, ਘੜੀ ਘਰ ਵੀ ਟਿਕ ਜਿਆ ਕਰ। ਮਾਂ ਨੇ ਪਿੱਛੋਂ ਆਵਾਜ਼ ਲਗਾਈ, ਘਰ 'ਚ ਕਿਹੜਾ, ਬੁੜੇ ਨੇ ਏਸੀ ਲਵਾ ਰੱਖਿਆ ਏ, ਗਰਮੀ 'ਚ ਮਰਨ ਨਾਲੋਂ ਬਾਹਰ ਹੀ ਠੀਕ ਆ, ਗੁੱਸੇ 'ਚ ਬੋਲਦਾ ਉਹ ਗਲੀ ਨੂੰ ਪੈ ਗਿਆ। ਸ਼ਾਮ ਨੂੰ ਮਹਿੰਦਰ ਸਿੰਘ ਪਾਣੀ ਲਗਾ ਕੇ ਪੱਠਿਆਂ ਦੀ ਪੰਡ ਸਾਈਕਲ ਤੇ ਧਰੀ ਪਿੰਡ ਦੀ ਥਾਈ ਅੱਗੋਂ ਲੰਘਿਆ ਤਾਂ ਉੱਥੇ ਬੈਠੇ ਬੰਦਿਆਂ 'ਚੋਂ ਇੱਕ ਬੋਲ ਉੱਠਿਆ, ਮਹਿੰਦਰ ਸਿੰਘ ਹੀਰਾ ਬੰਦਾ ਏ, ਪਰ ਉਸ ਦੀ ਕਿਸਮਤ ਹੀ ਮਾੜੀ ਆ ਭਾਈ, ਸੁੱਖਾ ਸੁੱਖ ਸੁੱਖ 7 ਸਾਲ ਬਾਅਦ ਇੱਕ ਮੁੰਡਾ ਲਿਆ। ਸਾਰੇ ਪਿੰਡ ਨੂੰ ਪਤਾ ਕਿ ਕਿੰਨਾ ਖੁਸ਼ ਹੋਇਆ ਸੀ, ਪੂਰੇ ਪਿੰਡ ਵਿੱਚ ਲੱਡੂ ਵੰਡੇ, ਨਾਲੇ ਲਾਡਾ ਨਾਲ ਪਾਲਿਆ, ਪਰ ਅੱਗੋਂ ਮੁੰਡੇ ਨੂੰ ਦੇਖ ਲੋ, ਡੱਕਾ ਕੰਮ ਨਹੀਂ ਕਰਾਉਂਦਾ ਪਿਓ ਨਾਲ, ਸਾਰਾ ਦਿਨ ਨੰਬਰਦਾਰਾਂ ਦੀ ਹਵੇਲੀ ਬੈਠਾ ਰਹਿੰਦਾ, ਉਹਨਾਂ ਦੇ ਮੁੰਡਿਆਂ ਨਾਲ ਕਿਤੇ ਇੱਧਰ ਨਿਕਲ ਜਾਂਦਾ ਬੁਲਟ ਜੇ ਤੇ ਕਦੇ ਉੱਧਰ ਲੰਘ ਜਾਂਦਾ ਏ। ਭਾਈ ਲਾਡ ਪਿਆਰ ਨੇ ਮੁੰਡਾ ਵਿਗਾੜ ਦਿੱਤਾ ਏ, ਮੈਂ ਕਈ ਵਾਰ ਦਿਹਾੜੀ ਗਿਆ ਇਹਨਾਂ ਦੇ, ਮਹਿੰਦਰ ਸਿਓ ਆਪ ਹੀ ਨਹੀਂ ਕੋਈ ਕੰਮ ਕਹਿੰਦਾ ਉਸ ਨੂੰ, ਤੇ ਕਹੇ ਵੀ ਕਿਵੇਂ, ਅੱਗੋਂ ਮੁੰਡਾ ਕੁੱਦ ਕੁੱਦ ਪੈਂਦਾ। ਰਾਮ ਝੋਰ ਨੇ ਲੰਘੇ ਜਾਂਦੇ ਮਹਿੰਦਰ ਵੱਲ ਵੇਂਦਿਆਂ ਗੱਲ ਮੁਕਾਈ, ਘਰ ਜਾ ਕੇ ਮਹਿੰਦਰ ਨੇ ਪੰਡ ਲਾਈ ਤੇ ਰਾਜ ਕੌਰ ਨੂੰ ਆਵਾਜ਼ ਮਾਰੀ, ਪਾਣੀ ਲੈ ਕੇ ਆਈ ਗਲਾਸ ਕੋ, ਨਾਲੇ ਪੱਠੇ ਕੁਤਰ ਲਈਏ, ਮੱਝਾਂ ਵੀ ਵਿਚਾਰੀਆਂ ਭੁੱਖੀਆਂ ਬਿਟਰ ਬਿਟਰ ਝਾਕੀ ਜਾਂਦੀਆਂ ਨੇ, ਫਿਰ ਧਾਰਾਂ ਦਾ ਵੇਲਾ ਹੋ ਜਾਣਾ ਏ, ਜਲਦੀ ਆ। ਪਾਣੀ ਪਿਲਾਉਣ ਤੋਂ ਬਾਅਦ ਰਾਜ ਕੌਰ ਪੱਠੇ ਕੁਤਰਨ ਲੱਗੀ, ਬਾਹਰੋਂ ਬੁਲਟ ਦੀ ਆਵਾਜ਼ ਆਈ ਤੇ ਦੀਪਾ ਘਰ ਵੜਿਆ, ਆਪਣੇ ਪਿਓ ਵੱਲ ਕੁਨੱਖਾ ਜਿਹਾ ਝਾਕ ਬੈਠਕ 'ਚ ਵੜ ਗਿਆ। ਪਤਾ ਨਹੀਂ ਲੋਕ ਕੀ ਕੁਝ ਸਿਖਾਉਂਦੇ ਰਹਿੰਦੇ ਆ ਮੁੰਡੇ ਨੂੰ, ਮੈਨੂੰ ਤਾਂ ਡਰ ਲੱਗਦਾ ਰਹਿੰਦਾ, ਰਾਜ ਕੌਰ ਨੇ ਫਿਕਰ ਜਤਾਉਂਦਿਆਂ ਕਿਹਾ, ਕੋਈ ਨਾ ਫਿਕਰ ਨਾ ਕਰਿਆ ਕਰ, ਅਜੇ ਉਮਰ ਵੀ ਕੀ ਆ, 15 ਤਾਂ ਟੱਪਿਆ, 3-4 ਸਾਲਾਂ ਨੂੰ ਆਪੇ ਅਕਲ ਆ ਜਾਣੀ ਆ, ਬਾਕੀ ਅਜੇ ਆਪਾਂ ਹੈਗੇ ਤਾਂ ਹਾਂ ਕਮਾਈ ਕਰਨ ਨੂੰ, ਮਹਿੰਦਰ ਸਿੰਘ ਨੇ ਮਸ਼ੀਨ ਰੋਕ ਰਤਾ ਸਾਹ ਲੈਂਦਿਆਂ ਕਿਹਾ। ਪਰ ਫਿਰ ਵੀ ਰਾਜ ਕੌਰ ਮਹਿੰਦਰ ਸਿੰਘ ਵੱਲ ਦੇਖ ਗੱਲ ਕਰਦਿਆਂ ਕਰਦਿਆਂ ਵਿੱਚੇ ਰੁਕ ਗਈ। ਰਾਜ ਕੌਰ ਨੂੰ ਕਈ ਦਿਨਾਂ ਤੋਂ ਬੁਖਾਰ ਚੜ ਰਿਹਾ ਸੀ, ਰਾਤ ਨੂੰ ਉਸ ਦਾ ਕਾਫੀ ਬੁਰਾ ਹਾਲ ਹੋ ਜਾਂਦਾ ਸੀ। ਮਹਿੰਦਰ ਤਾਂ ਖੇਤ ਦੇ ਕੰਮ ਕਾਰ ਕਰਕੇ ਸ਼ਹਿਰ ਲੈ ਕੇ ਜਾਣ ਦਾ ਟਾਈਮ ਨਹੀਂ ਲੱਗ ਰਿਹਾ ਸੀ, ਅੱਜ ਵੀ ਰਾਜ ਕੌਰ ਬੁਖਾਰ ਨਾਲ ਬੇਹਾਲ ਸੀ। ਮਹਿੰਦਰ ਨੇ ਦੀਪੇ ਦੇ ਮੰਜੇ ਵੱਲ ਮੂੰਹ ਕਰਦਿਆਂ ਕਿਹਾ, ਪੁੱਤ ਆਪਣੀ ਮਾਂ ਨੂੰ ਕੱਲ ਸ਼ਹਿਰ ਲੈ ਕੇ ਜਾਈ, ਦਵਾਈ ਦਵਾ ਲਿਆਈ।
ਮੇਰਾ ਟਾਈਮ ਨਹੀਂ ਲੱਗਦਾ, ਨਹੀਂ ਤਾਂ ਮੈਂ ਲੈ ਜਾਂਦਾ। ਕਾਹਦੇ ਤੇ ਲੈ ਕੇ ਜਾਵਾਂ, ਕਿਹੜਾ ਘਰ ਬੁਲਟ ਖੜਾ ਰੱਖਿਆ? ਦੀਪੇ ਨੇ ਅੱਗੋਂ ਖਿੱਜ ਕੇ ਜਵਾਬ ਦਿੱਤਾ, ਮੋਟਰਸਾਈਕਲ ਖੜਾ ਤਾਂ ਹੈ ਘਰ, ਉਹ ਲੈ ਜੀ। ਸੀਟੀ 100 ਵੀ ਕੋਈ ਮੋਟਰਸਾਈਕਲ ਆ? ਕਬਾੜ ਤਾਂ ਹੋਇਆ ਪਿਆ, ਮੈਂ ਨਹੀਂ ਚਲਾਉਣਾ ਇਹ ਕਬਾੜ ਜਿਹਾ। ਪੁੱਤ, ਸਾਰੇ ਮੋਟਰਸਾਈਕਲ ਇੱਕੋ ਜਿਹੇ ਹੀ ਹੁੰਦੇ ਆ, ਨਾਲੇ ਆਪਣੇ ਕੋਲ ਇੰਨੀ ਗੁੰਜਾਇਸ਼ ਨਹੀਂ ਆ ਕਿ ਤੇਰੇ ਦੋਸਤਾਂ ਦੀ ਰੀਸ ਕਰੀਏ। ਸਾਰਾ ਕੁਝ ਆ ਤੇਰੇ ਕੋਲ, ਮੈਨੂੰ ਸਭ ਪਤਾ, ਸਾਰਾ ਪਿੰਡ ਕਹਿੰਦਾ ਕਿ ਤੇਰੇ ਪਿਓ ਕੋਲ ਵਾਧੂ ਪੈਸੇ ਨੇ, ਹੁਣ ਤੱਕ ਜੋੜੇ ਹੀ ਨੇ। ਰਿੱਕੀ ਜੋ ਵੀ ਮੂੰਹੋਂ ਕੱਢਦਾ ਉਸਦਾ ਪਿਓ ਅਗਲੇ ਦਿਨ ਹੀ ਉਹਦੀ ਹਰ ਗੱਲ ਪੂਰੀ ਕਰਦਾ ਏ। ਕੱਲ ਹੀ ਅਜੇ ਬੁਲਟ ਲੈ ਕੇ ਆਇਆ, ਆਵਾਜ਼ ਤਾਂ ਸੁਣੀ ਹੋਣੀ ਜਦੋਂ ਮੈਨੂੰ ਘਰ ਛੱਡਣ ਆਇਆ ਸੀ। ਜ਼ਮੀਨ ਵੀ ਤਾਂ ਪੁੱਤ ਸਾਰੀ ਗਹਿਣੇ ਪਈ ਜਾਂਦੀ ਆ ਉਹਨਾਂ ਦੀ, ਮਹਿੰਦਰ ਨੇ ਥੋੜੇ ਗੁੱਸੇ 'ਚ ਕਿਹਾ। ਫਿਰ ਤੂੰ ਕਿਹੜਾ ਜ਼ਮੀਨ ਆਪਣੇ ਨਾਲ ਲੈ ਕੇ ਜਾਣੀ ਆ? ਆਉਣੀ ਤਾਂ ਮੈਨੂੰ ਹੀ ਆ ਨਾ ਅੱਗੇ ਜਾ ਕੇ, ਫਾਇਦਾ ਕੀ ਆ ਜ਼ਮੀਨ ਦਾ ਜੇ ਸ਼ੌਕ ਹੀ ਨਾ ਪੂਰੇ ਕੀਤੇ। ਪੁੱਤ ਦੀ ਇਸ ਗੱਲ ਨੇ ਮਹਿੰਦਰ ਸਿੰਘ ਦਾ ਕਲੇਜਾ ਹੀ ਵਲੂੰਦਰ ਕੇ ਰੱਖ ਦਿੱਤਾ। ਉਸ ਨੂੰ ਆਪਣੇ ਪਿਓ ਗੱਜਣ ਸਿੰਘ ਦੇ ਬੋਲ ਚੇਤੇ ਆ ਗਏ, ਜੋ ਉਹ ਖੇਤ ਹੱਲ ਵਾਹੁੰਦਿਆਂ ਹਮੇਸ਼ਾ ਕਿਹਾ ਕਰਦਾ ਸੀ, ਪੁੱਤ ਇਹ ਜ਼ਮੀਨ ਪਤਾ ਕੀ ਕਹਿੰਦੀ ਆ? ਇਹ ਕਹਿੰਦੀ ਆ ਕਿ ਜੱਟਾ, ਜੇ ਕਿਤੇ ਤੂੰ ਕਿਸੇ ਪੰਗੇ 'ਚ ਫਸਦਾ ਆ ਨਾ ਤਾਂ ਮੈਂ ਤੈਨੂੰ ਛੁਡਵਾ ਸਕਦੀ ਆ ਆਪਣੀ ਜ਼ਮਾਨਤ ਦੇ ਕੇ, ਪਰ ਜੇ ਮੈਂ ਕਿਸੇ ਹੋਰ ਦੇ ਹੱਥ ਫਸਦੀ ਗਹਿਣੇ ਪੈ ਜਾਣਾ ਤਾਂ ਤੂੰ ਮੈਨੂੰ ਨਹੀਂ ਛੁਡਵਾ ਸਕਦਾ, ਸੋ ਜ਼ਮੀਨ ਨਾ ਕਦੇ ਵਿਕਣ ਦਵੀ ਪੁੱਤ। ਮਹਿੰਦਰ ਦੀਆਂ ਅੱਖਾਂ 'ਚ ਹੰਝੂ ਆ ਗਏ ਕਿ ਅੱਜ ਉਸਦਾ ਆਪਣਾ ਪੁੱਤ ਉਸੇ ਜ਼ਮੀਨ ਨੂੰ ਵੇਚਣ ਦੀਆਂ ਗੱਲਾਂ ਕਰ ਰਿਹਾ ਏ। ਦੋਵਾਂ ਦੀਆਂ ਗੱਲਾਂ ਸੁਣ ਰਾਜ ਕੌਰ ਚੀਕ ਉੱਠੀ, ਮੈਂ ਠੀਕ ਹਾਂ, ਬਸ ਥੋੜਾ ਬਹੁਤਾ ਹੀ ਰਹਿ ਗਿਆ ਬੁਖਾਰ, ਕੱਲ ਪਿੰਡ ਵਾਲੇ ਡਾਕਟਰ ਤੋਂ ਲੈ ਆਉਂਗੀ ਦਵਾਈ, ਬਸ ਤੁਸੀਂ ਚੁੱਪ ਕਰੋ, ਸੌਣ ਦਵੋ ਮੈਨੂੰ। ਮਹਿੰਦਰ ਸਿੰਘ ਚੁੱਪ ਕਰਕੇ ਆਪਣੇ ਪੁੱਤਰ ਨੂੰ ਫੋਨ ਤੇ ਉਂਗਲਾਂ ਮਾਰਦੇ ਤੇ ਕਦੇ ਕਦੇ ਉੱਚੀ ਉੱਚੀ ਪਾਗਲਾਂ ਤਰ੍ਹਾਂ ਹੱਸਦੇ ਨੂੰ ਵੇਖਦਾ ਰਿਹਾ। ਅਗਲੇ ਦਿਨ ਸਵੇਰ ਹੀ ਦੀਪਾ ਬੁਲਟ ਨੂੰ ਲੈ ਕੇ ਘਰ ਕਲੇਸ਼ ਪਾ ਕੇ ਬਹਿ ਗਿਆ। ਮਹਿੰਦਰ ਕਹਿ ਰਿਹਾ ਸੀ ਕਿ ਤੂੰ BA ਪਾਸ ਕਰ, ਫਿਰ ਤੈਨੂੰ ਲੈ ਦਵਾਂਗੇ, ਅਜੇ ਤੇਰੀ ਪੜ੍ਹਾਈ ਦੇ ਖਰਚੇ ਹੀ ਬਹੁਤ ਜ਼ਿਆਦਾ ਨੇ। ਪਰ ਦੀਪਾ ਅੱਗੋਂ ਗਾਲਾਂ ਕੱਢਦਾ, ਮਰਨ ਦੀਆਂ ਧਮਕੀਆਂ ਦਿੰਦਾ। ਤੂੜੀ ਵਾਲੀ ਸਵਾਦ ਚੋਂ ਮੋਨੋ ਦੀ ਬੋਤਲ ਚੁੱਕ ਲਿਆਇਆ, ਲਾਸਟ ਵਾਰੀ ਪੁੱਛਦਾ, ਲੈ ਕੇ ਦੇਣਾ ਕਿ ਨਾ? ਨਹੀਂ ਤਾਂ ਮੈਨੂੰ ਨਹੀਂ ਚਾਹੀਦੇ ਤੁਹਾਡੇ ਵਰਗੇ ਮਾਂ ਪਿਓ, ਛਾਤੀ ਤੇ ਰੱਖ ਕੇ ਲੈ ਜੀ ਆਪਣੀ ਜ਼ਮੀਨ। ਮਹਿੰਦਰ ਦੇ ਦੀਪੇ ਹੱਥੋਂ ਸਪਰੇ ਦੀ ਬੋਤਲ ਖੋਂਦਿਆਂ ਖੋਂਦਿਆਂ ਦੀਪੇ ਨੇ ਬੋਤਲ ਨੂੰ ਮੂੰਹ ਲਾਲ ਕੇ ਇੱਕ ਘੁੱਟ ਭਰ ਲਿਆ। ਹਾਏ ਵੇ ਲੋਕੋ, ਮੈਂ ਲੁੱਟੀ ਗਈ, ਰਾਜ ਕੌਰ ਦੇ ਮੂੰਹੋਂ ਇੰਨਾ ਹੀ ਨਿਕਲਿਆ। ਮਹਿੰਦਰ ਸਿੰਘ ਸਰਪੰਚ ਦੇ ਘਰ ਵੱਲ ਭੱਜਿਆ ਤੇ ਉਹਨਾਂ ਦੀ ਕਾਰ ਮੰਗ ਲਿਆਇਆ ਤੇ ਦੀਪੇ ਨੂੰ ਸ਼ਹਿਰ ਦੇ ਵੱਡੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਦੀਪੇ ਦੀ ਹਾਲਤ ਕਾਫੀ ਖਰਾਬ ਹੋਣ ਕਰਕੇ ਉਸ ਨੂੰ ICU 'ਚ ਰੱਖਿਆ ਗਿਆ। 3 ਦਿਨ ਮਹਿੰਦਰ ਤੇ ਰਾਜ ਕੌਰ ਦੀ ਜਾਨ ਬਸ ICU 'ਚ ਲੱਗੀਆਂ ਮਸ਼ੀਨਾਂ ਤੇ ਹੀ ਲਟਕੀ ਰਹੀ। ਉਹਨਾਂ ਵੱਲੋਂ ਦਵਾਵਾਂ ਤੇ ਡਾਕਟਰਾਂ ਵੱਲੋਂ ਦਵਾਈਆਂ ਦਾ ਦੌਰ ਲਗਾਤਾਰ ਚੱਲ ਰਿਹਾ ਸੀ। ਆਖਰ 4th ਦਿਨ ਦੀਪੇ ਨੂੰ ਹੋਸ਼ ਆਈ ਤੇ ਉਸਨੇ ਨਰਸ ਨੂੰ ਪੁੱਛਿਆ, ਮੈਂ ਇੱਥੇ ਕਦੋਂ ਤੋਂ ਆ? ਤੁਸੀਂ 3 ਦਿਨਾਂ ਤੋਂ ਇੱਥੇ ਹੋ, ਤੁਹਾਡੀ ਹਾਲਤ ਬਹੁਤ ਨਾਜ਼ੁਕ ਸੀ, ਪਰ ਤੁਹਾਨੂੰ ਟਾਈਮ ਨਾਲ ਇੱਥੇ ਲੈ ਆਏ ਤੁਹਾਡੇ ਡੈਡੀ ਜੀ। ਬਾਪੂ? ਦੀਪੇ ਮੂੰਹੋਂ ਬਸ ਇੰਨਾ ਹੀ ਨਿਕਲਿਆ, ਹਾਂਜੀ ਤੁਹਾਡੇ ਬਾਪੂ ਜੀ। 3 ਦਿਨਾਂ ਤੋਂ ਸਾਰੀ ਰਾਤ ਉਹ ਇੱਥੇ ਤੁਹਾਡੇ ਹੱਥ ਫੜ ਕੇ ਬੈਠੇ ਰੋਂਦੇ ਬੋਲਦੇ ਰਹਿੰਦੇ,
ਪੁੱਤ ਬੁਲਟ ਛੱਡ ਤੈਨੂੰ ਗੱਡੀ ਵੀ ਲੈ ਦੂੰ ਪਰ ਇੱਕ ਵਾਰ ਤੂੰ ਅੱਖਾਂ ਖੋਲ ਮੇਰੇ ਨਾਲ ਗੱਲ ਕਰ ਸਾਰੇ ਉਹਨਾਂ ਦੇ ਰੋਟੀ ਖਾਣ ਲਈ ਤਰਲੇ ਕੱਢਦੇ ਰਹਿੰਦੇ ਪਰ ਉਹ ਬਸ ਇੰਨਾ ਹੀ ਕਹਿੰਦੇ ਕਿ ਮੈਂ ਆਪਣੇ ਪੁੱਤ ਦੇ ਨਾਲ ਹੀ ਖਾਊਂਗਾ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਏਦਾਂ ਦੇ ਮਾਪੇ ਮਿਲੇ ਇੰਨਾ ਕਹਿੰਦਿਆਂ ਨਰਸ ਦੀਆਂ ਅੱਖਾਂ 'ਚ ਹੰਝੂ ਆ ਗਏ ਹੁਣ ਕਿੱਥੇ ਆ ਬਾਪੂ ਮੇਰਾ ਦੀਪੇ ਨੇ ਰੋਂਦਿਆਂ ਕਿਹਾ ਸ਼ਾਇਦ ਉਹ ਪਿੰਡ ਗਏ ਨੇ ਅੱਜ ਫੀਸ ਜੋ ਦੇਣੀ ਆ ਬਾਹਰ ਤੁਹਾਡੇ ਮਾਤਾ ਜੀ ਨੇ ਮੈਂ ਉਹਨਾਂ ਨੂੰ ਬੁਲਾ ਦੇਣੀ ਆ ਇੰਨਾ ਕਹਿ ਨਰਸ ਬਾਹਰ ਚਲੀ ਗਈ ਬਾਪੂ ਬਾਪੂ ਕਹਿੰਦਾ ਦੀਪਾ ਬਸ ਰੋਈ ਜਾ ਰਿਹਾ ਸੀ ਇੰਨੇ ਨੂੰ ਮਾਂ ਨੇ ਆ ਕੇ ਦੀਪੇ ਦਾ ਮੱਥਾ ਚੁੰਮਿਆ ਤੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਮਾਂ ਬਾਪੂ ਕਦੋਂ ਆਊਗਾ ਫੀਸ ਦੇ ਇੰਨੇ ਪੈਸੇ ਕਿੱਥੋਂ ਲੈ ਕੇ ਆਊਗਾ ਮੈਨੂੰ ਮਰ ਜਾਣ ਦਿੰਦੇ ਦੀਪਾ ਬਸ ਰੋਈ ਜਾ ਰਿਹਾ ਸੀ ਕੋਈ ਨਾ ਪੁੱਤ ਪੈਸਿਆਂ ਦਾ ਹੱਲ ਕਰ ਲਿਆ ਤੇਰੇ ਬਾਪੂ ਨੇ ਤੂੰ ਆਰਾਮ ਕਰ ਇੰਨੇ ਨੂੰ ਨਰਸ ਨੇ ਆ ਕੇ ਰਾਜ ਕੌਰ ਨੂੰ ਬਾਹਰ ਭੇਜ ਦਿੱਤਾ ਤੇ ਦੀਪੇ ਨੂੰ ਦਵਾਈਆਂ ਦੇਣ ਲੱਗੀ ਸ਼ਾਮ ਨੂੰ ਮਹਿੰਦਰ ਸਿੰਘ ਹਸਪਤਾਲ ਆਇਆ ਤੇ ਸਾਹੋ ਸਾਹ ਹੋਇਆ ਸਿੱਧਾ ਦੀਪੇ ਕੋਲ ਪਹੁੰਚਿਆ ਤੇ ਉਹਦੇ ਸਿਰਹਾਣੇ ਜਾ ਖੜਾ ਹੋਇਆ ਬਾਪੂ ਯਾਰ ਮੈਨੂੰ ਗਲੇ ਨਹੀਂ ਲਾਉਣਾ ਇੰਨਾ ਕਹਿੰਦਿਆਂ ਦੀਪੇ ਦੀ ਭੁੱਬ ਨਿਕਲ ਗਈ ਪਿਓ ਪੁੱਤ ਕਿੰਨਾ ਚਿਰ ਜੱਫੀ ਪਾ ਬਸ ਰੋਂਦੇ ਰਹੇ ਤੇ ਜੋ ਵੀ ਗਿਲੇ ਸ਼ਿਕਵੇ ਸਨ ਸਭ ਧੋਏ ਗਏ ਬਾਪੂ ਇੰਨੀ ਫੀਸ ਕਿੱਥੋਂ ਲਿਆਂਦੀ ਦੀਪੇ ਨੇ ਕੰਬਦੀ ਆਵਾਜ਼ 'ਚ ਪੁੱਛਿਆ ਬਸ ਲੈ ਆਇਆ ਕਰ ਕਰਾ ਕੇ ਪੁੱਤ ਇਹ ਜ਼ਮੀਨਾਂ ਜਾਇਦਾਦਾਂ ਪੁੱਤਾਂ ਦੀ ਜਾਨ ਤੋਂ ਵੱਧ ਕੇ ਥੋੜਾ ਨੇ ਮਤਲਬ ਬਾਪੂ ਜ਼ਮੀਨ ਵੇਚ ਦਿੱਤੀ ਦੀਪੇ ਨੇ ਡੂੰਘਾ ਸਾਹ ਲੈਂਦਿਆਂ ਕਿਹਾ ਨਾ ਨਾ ਪੁੱਤ ਬਸ ਥੋੜੇ ਟਾਈਮ ਲਈ ਨੰਬਰਦਾਰਾਂ ਨੂੰ ਦਿੱਤੀ ਆ ਤੂੰ ਜਲਦੀ ਠੀਕ ਹੋ ਆਪਾਂ ਛੇਤੀ ਛੁਡਵਾ ਲੈਣੀ ਆ ਇੰਨਾ ਕਹਿ ਮਹਿੰਦਰ ਸਿੰਘ ਨਰਸ ਦੇ ਬੁਲਾਉਣ ਤੇ ਬਾਹਰ ਚਲਾ ਗਿਆ ਜ਼ਮੀਨ ਦੇ ਗਹਿਣੇ ਪੈਣ ਵਾਲੀ ਗੱਲ ਸੁਣਦਿਆਂ ਹੀ ਜਿਵੇਂ ਦੀਪਾ ਦੁਬਾਰਾ ਆਪਣਾ ਹੋਸ਼ ਖੋ ਬੈਠਾ ਹੋਵੇ ਉਸ ਨੂੰ ਆਪਣੇ ਬਾਪੂ ਦੀ ਬਾਰ ਬਾਰ ਕਹੀ ਗੱਲ ਯਾਦ ਆਈ ਜ਼ਮੀਨ ਕਹਿੰਦੀ ਆ ਕਿ ਜੱਟਾ ਜੇ ਕਿਤੇ ਤੂੰ ਕਿਸੇ ਮੁਸੀਬਤ 'ਚ ਫਸਦਾ ਨਾ ਤਾਂ ਮੈਂ ਤੈਨੂੰ ਛੁਡਵਾ ਸਕਦੀ ਹਾਂ ਪਰ ਜੇ ਮੈਂ ਕਿਸੇ ਹੋਰ ਦੇ ਹੱਥ ਫਸਦੀ ਆ ਤਾਂ ਤੂੰ ਮੈਨੂੰ ਨਹੀਂ ਛੁਡਵਾ ਸਕਦਾ ਉਸ ਨੂੰ ਆਪਣਾ ਆਪ ਗੁਨਾਹਗਾਰ ਲੱਗ ਰਿਹਾ ਸੀ ਜਿਸ ਦੇ ਕਰਕੇ ਉਸਦੇ ਪਿਓ ਨੇ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਦੂਜਿਆਂ ਹੱਥ ਸੌਂਪ ਦਿੱਤਾ ਸੀ ਅੱਜ ਦੀਪੇ ਨੂੰ ਆਪਣਾ ਪਿਓ ਦੁਨੀਆ ਦਾ ਸਭ ਤੋਂ ਚੰਗਾ ਪਿਓ ਲੱਗ ਰਿਹਾ ਸੀ ਉਹ ਅੰਦਰ ਹੀ ਅੰਦਰ ਕਸਮਾਂ ਖਾ ਰਿਹਾ ਸੀ ਕਿ ਅੱਜ ਤੋਂ ਬਾਅਦ ਬਾਪੂ ਨੂੰ ਕਿਸੇ ਗੱਲੋਂ ਨਾਰਾਜ਼ ਨਹੀਂ ਹੋਣ ਦੇਣਾ ਬਸ ਖੁਸ਼ੀਆਂ ਹੀ ਦੇਣੀਆਂ ਨੇ ਇਹ ਹੰਝੂ ਬਾਪੂ ਦੀਆਂ ਅੱਖਾਂ 'ਚ ਆਖਰੀ ਹੰਝੂ ਹੋਣਗੇ ਉਸ ਦਾ ਦਿਲ ਬਾਰ ਬਾਰ ਬਾਪੂ ਨੂੰ ਕਹਿ ਰਿਹਾ ਸੀ ਆਈ ਲਵ ਯੂ ਬਾਪੂ ਆਈ ਲਵ ਯੂ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ